ਹੈਲੋ एवरीवन वेलकम टू ਪੰਜਾਬ এডਿਕੇਸ਼ਨ ਸੋ ਸਟੂਡੈਂਟਸ ਅੱਜ ਅਸੀਂ ਗੱਲ ਕਰਾਂਗੇ オンਲਾਈਨ ਰਿਕਰੂਟਮੈਂਟ ਆਫ ਵੈਰੀਅਸ ਪੋਸਟਸ ਇਨ ਡਬਲ ਏ ਆਈ ਸਾਊਥਰਨ ਰੀਜਨ ਠੀਕ ਹੈ ਜੀ ਇਹ ਪੋਸਟਾਂ ਹੈਗੀਆਂ ਨੇ ਜਿਹੜੀਆਂ ਇਹ ਹੈਗੀਆਂ 에어ਪੋਰਟਸ ਅਥਾਰਟੀ ਆਫ ਇੰਡੀਆ ਦੀਆਂ ਠੀਕ ਹੈ ਜੀ ਤਾਂ ਇਹਦੇ ਵਿੱਚ ਦੇਖ ਲੈਣੇ ਅਸੀਂ ਕਿ ਕਿਹੜੀਆਂ ਪੋਸਟਾਂ ਨੇ ਸਭ ਤੋਂ ਪਹਿਲਾਂ ਜੂਨੀਅਰ ਅਸਿਸਟੈਂਟਸ ਦੀ ਆ ਠੀਕ ਹੈ ਜੀ ਨੈਕਸਟ ਹੈਗਾ ਯੂਨੀਅਰ ਅਸਿਸਟੈਂਟ ਆਫਿਸ ਦੇ ਵਿੱਚ ਉੱਪਰਲੀ ਹੈ ਜਿਹੜੀ ਉਹ ਫਸਟ ਨੰਬਰ ਵਾਲੀ ਫਾਇਰ ਸਰਵਿਸ ਦੇ ਵਿੱਚ ਆ ਨੈਕਸਟ ਵਾਲੀ ਆਫਿਸ ਦੇ ਵਿੱਚ ਆ ਐਂਡ ਨੈਕਸਟ ਹੈਗੀ ਸੀਨੀਅਰ ਅਸਿਸਟੈਂਟ ਅਕਾਊਂਟਸ ਦੀ ਐਂਡ ਨੈਕਸਟ ਹੈਗੀ ਆਫੀਸ਼ਲ ਲੈਂਗੁਏਜ ਦੀ ਠੀਕ ਹੈ ਜੀ ਆਹ ਵਾਲੀਆਂ ਪੋਸਟਾਂ ਨੇ ਟੋਟਲ ਐਂਡ ਆਹ ਵਾਲੀ ਜਿਹੜੀ ਸੈਲਰੀ ਹੋਊਗੀ ਠੀਕ ਹੈ ਜੀ ਐਂਡ ਨੈਕਸਟ ਹੈਗਾ ਕਿ ਪੋਸਟ ਕੋਡ ਹੈਗਾ ਜਿਹੜਾ ਉਹ ਦੇ ਰੱਖਿਆ ਠੀਕ ਹੈ ਜੀ ਐਂਡ ਨੈਕਸਟ ਇੰਪੋਰਟੈਂਟ ਡੇਟਸ ਆਈਆਂ ਤਾਂ ਡੇਟਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਆ ਉਹ 1.9 ਤੋਂ ਸਟਾਰਟ ਹੋਊਗੀ ਤੇ ਚੱਲੂਗੀ ਇਹ 30.9 ਤੱਕ ਠੀਕ ਹੈ ਜੀ ਆਨਲਾਈਨ ਫਾਰਮ ਭਰਿਆ ਜਾਊਗਾ ਏਜ ਕਰਟੇਰੀਆ ਇਹ ਵਾਲਾ ਹੈਗਾ ਕਿ 25/8/2022 ਦੇ ਅੰਡਰ ਮਤਲਬ 18 ਤੋਂ 30 ਸਾਲਾਂ ਜਿਹੜੀ ਉਹ ਏਜ ਹੋਣੀ ਚਾਹੀਦੀ ਆ ਠੀਕ ਹੈ ਜੀ ਐਂਡ ਨੈਕਸਟ ਆ ਗਿਆ ਐਜੂਕੇਸ਼ਨਲ ਕੁਆਲੀਫਿਕੇਸ਼ਨ ਸੋ ਜਿਹੜੀ ਕੁਆਲੀਫਿਕੇਸ਼ਨ ਹੈਗੀ ਆ 10ਵੀਂ ਪਲੱਸ 3 ਸਾਲ ਦਾ ਜਿਹੜਾ ਡਿਪਲੋਮਾ ਮਕੈਨੀਕਲ ਦਾ ਠੀਕ ਹੈ ਜੀ ਡਰਾਈਵਿੰਗ ਲਾਇਸੈਂਸ ਐਂਡ ਫਿਜ਼ੀਕਲ ਫਿਟਨੈਸ ਬਾਰੇ ਆ ਗਿਆ ਠੀਕ ਹੈ ਜੀ ਇਹ ਵਾਲਾ ਸਾਰਾ ਸਿਸਟਮ ਹੋਣਾ ਚਾਹੀਦਾ ਹੈ men ਦੇ ਵਿੱਚ and women ਦੇ ਵਿੱਚ ਨੈਕਸਟ ਹੈਗੀ ਜਿਹੜੀ ਉਹਦੇ ਵਿੱਚ ਗ੍ਰੈਜੂਏਸ਼ਨ ਮੰਗੀ ਉਹਨਾਂ ਨੇ ਇੰਗਲਿਸ਼ ਦੀ ਜਿਹੜੀ ਐਂਡ ਹਿੰਦੀ ਦੀ ਟਾਈਪਿੰਗ ਠੀਕ ਹੈ ਜੀ ਨੈਕਸਟ ਦੇ ਵਿੱਚ ਉਹਨਾਂ ਨੇ ਮੰਗਿਆ ਬੀ ਕਾਮ ਠੀਕ ਹੈ ਜੀ ਐਂਡ ਇਹ ਸਿਲੇਬਸ ਦੇ ਰੱਖਿਆ ਕਿ ਕਿੰਨੇ ਟਾਈਮ ਦਾ ਜਿਹੜਾ ਟੈਸਟ ਹੋਊਗਾ ਕੀ ਕੁਛ ਆਊਗਾ ਟੈਸਟ ਦੇ ਵਿੱਚ ਠੀਕ ਹੈ ਜੀ ਤੋ ਜਿਹੜੇ ਸਟੂਡੈਂਟਸ एलिਜੀਬਲ ਹੈਗੇ ਨੇ ਉਹ ਪੜ ਸਕਦੇ ਨੇ ਠੀਕ ਹੈ ਜੀ ਇਹ ਰੇਟਸ ਆ ਗਈਆਂ ਅਪਲਾਈ ਕਿਦਾਂ ਕਰਨਾ ਹੈਗਾ ਇਹ ਅਪਲਾਈ ਕਰਨ ਦਾ ਜਿਹੜਾ ਤਰੀਕਾ ਹੈਗਾ ਕੀ ਕੀ ਜਿਹੜਾ ਜ਼ਰੂਰੀ ਹੈਗਾ ਇਹਦੇ ਵਿੱਚ ਫੋਟੋਗ੍ਰਾਫੀ ਫੋਟੋਗ੍ਰਾਫ ਆ ਗਈ ਐਂਡ ਸਿਗਨੇਚਰ ਆ ਗਏ ਠੀਕ ਹੈ ਜੀ ਸੋ ਇਹ ਸਾਰੀਆਂ ਆਪਣੀਆਂ ਜਿਹੜੀਆਂ ਮੇਨ ਚੀਜ਼ਾਂ ਹੋ ਗਈਆਂ ਤੋ ਜਿਹੜੀ ਕੋਈ ਚੀਜ਼ ਨਹੀਂ ਸਮਝ ਆਉਂਦੀ ਉਹ ਤੁਸੀਂ ਆਹ ਵਾਲੀ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਇੱਥੋਂ ਤੁਹਾਨੂੰ ਜਿਹੜੀ ਸਾਰੀ ਸਮਝ ਆ ਜੂਗੀ ਠੀਕ ਹੈ ਜੀ ਸੋ ਅੱਜ ਲਈ ਸਿਰਫ ਇੰਨੇ ਹੀ ਸਟੂਡੈਂਟਸ ਇਸੇ ਤਰ੍ਹਾਂ ਤੁਹਾਡੇ ਲਈ ਵੱਧ ਤੋਂ ਵੱਧ ਵੀਡੀਓਜ਼ ਲੈ ਕੇ ਆਂਦੇ ਰਹਾਂਗੇ ਥੈਂਕ ਯੂ